ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਲਰਾਜ ਭਾਜੀ, ਥੈਂਕ ਯੂ ਸੋ ਮੱਚ ਫੋਰ ਕਮਿੰਗ। ਹਾਂਜੀ, ਸਭ ਤੋਂ ਪਹਿਲਾਂ ਤਾਂ ਸ਼ਿਵਰਾਜ ਭਾਜੀ ਤੁਹਾਡਾ ਤੇ ਰੈਡ ਐਫ ਐਮ ਵਾਲਿਆਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਤੇ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਨਾਰਥ ਅਮਰੀਕਾ 'ਚ ਵੱਸਦੇ ਸਾਰੇ ਪੰਜਾਬੀਆਂ। ਅੱਛਾ, ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਤੁਸੀਂ ਕਿ ਮਿਊਜ਼ਿਕ ਦੇ ਵਿੱਚ ਕਦੋਂ ਦੇ ਪਏ ਜੇ, ਕਿੱਥੋਂ ਇਹ ਸ਼ੁਰੂਆਤ ਹੋਈ ਐਂਡ ਅੱਜ ਦਾ ਜਿਹੜਾ ਸਫ਼ਰ ਹੈ ਇਸ ਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਸੀਡੀਜ਼ ਪਾਰ ਆ ਗਏ? ਹਾਂਜੀ ਸ਼ਿਵਰਾਜ ਜੀ, ਜਿੱਥੋਂ ਤੱਕ ਸ਼ੁਰੂਆਤ ਦਾ ਸਵਾਲ ਹੈ ਜੀ, ਮੈਂ ਦੱਸਣਾ ਚਾਹੁੰਦਾ ਕਿ ਮੈਂ ਮੇਰਾ ਨਗਰ ਪੰਜਾਬ ਦਾ ਨਹੀਂ ਬਲਕਿ ਪੂਰੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਪਿੰਡ ਬਿਲਗਾ, ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਹੈ, ਗਦਰੀ ਬਾਬਿਆਂ ਦਾ ਪਿੰਡ ਹੈ। ਮੈਂ ਉਸ ਨਗਰ ਦਾ ਜੰਮਪਲ ਹਾਂ ਤੇ ਜਿਹੜੀ ਸੰਗੀਤ ਦੀ ਸ਼ੁਰੂਆਤ ਹੈ ਇਹ ਪਿੰਡ ਤੋਂ ਹੀ ਸ਼ੁਰੂ ਹੋਈ ਹੈ ਤੇ ਉੱਥੋਂ ਚੱਲਦੀ ਚੱਲਦੀ ਮੈਂ ਦਿੱਲੀ ਮੇਰੇ ਗੁਰੂ ਜੀ ਜਨਾਬ ਚਰਨਜੀਤ ਅਹੁਜਾ ਸਾਹਿਬ ਤੱਕ ਚੱਲਦੀ ਰਹੀ ਤਾਂ ਮੇਰੀ ਜਿਹੜੀ ਮਿਊਜ਼ਿਕ ਦੀ ਐਮ ਏ ਲਾਸਟਲੀ ਫਿਰ ਦਿੱਲੀ ਯੂਨੀਵਰਸਿਟੀ ਚੋਂ ਕੰਪਲੀਟ। ਅੱਛਾ, ਡੀ ਯੂ ਚ ਪੜ੍ਹੇ ਤੁਸੀਂ? ਜੀ ਬਿਲਕੁਲ ਜੀ। ਅੱਛਾ, ਆਸਮ। ਦਿੱਲੀ ਯੂਨੀਵਰਸਿਟੀ ਚ ਜਿਹੜਾ ਬੰਦਾ ਕਹਿੰਦਾ ਜੀ ਦਿੱਲੀ ਜਿਹੜਾ ਇੱਕ ਵਾਰ ਰਹਿ ਆਇਆ, ਹਾਂਜੀ, ਉਹ ਤਾਂ ਮਤਲਬ ਪੜ੍ਹ ਤਲੇ ਲੁਕਤਾ ਹੋ ਗਿਆ ਪੂਰਾ। ਸੋ ਦੈਟਸ ਆਸਮ, ਵੈਰੀ ਨਾਈਸ। ਹਾਂਜੀ, ਉੱਥੋਂ ਚੱਲਦੇ ਚੱਲਦੇ ਜੀ ਫਿਰ ਜਿਹੜਾ ਗਾਉਣ ਵਜਾਉਣ ਦਾ ਦੌਰ, ਪਹਿਲਾਂ ਕਾਲਜ ਮੈਂ ਖਾਲਸਾ ਕਾਲਜ ਜਲੰਧਰ ਪੜ੍ਹਿਆ ਸੀ, ਉੱਥੋਂ ਦੌਰ ਚੱਲਦਾ ਗਿਆ। ਮੇਰੀ ਪਹਿਲੀ ਐਲਬਮ ਵੀ ਗੁਰੂ ਜੀ ਹੋਰਾਂ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਤਿੰਨ ਚਾਰ ਐਲਬਮ ਆਈਆਂ ਨੇ। ਹੁਣ ਜਿਹੜੀ ਲੇਟੈਸਟ ਐਲਬਮ ਆਈ ਹੈ ਫੀਲ, ਫੀਲ ਮਹਿਸੂਸ ਕਰਨਾ, ਤੇ ਫੀਲ ਮੈਂ ਤੁਹਾਡਾ ਗੀਤ ਇਹ ਡੈਫੀਨਿਟਲੀ ਸੁਣਿਆ ਯੂਟਿਊਬ ਦੇ ਉੱਤੇ। ਜੀ ਜੀ। ਔਰ ਇਸ ਤੋਂ ਇਲਾਵਾ ਮੈਂ ਕੱਲ੍ਹ ਸਾਡੇ ਕੋਲ ਸਾਡੇ ਇਸ ਵੇਲੇ ਕੰਪਿਊਟਰ 'ਚ ਵੀ ਫਿੱਟ ਕਰ ਦਿੱਤਾ, ਜ਼ਰੂਰ ਇਸ ਨੂੰ ਵੀ ਫਿੱਟ ਕਰਾਂਗੇ। ਪਰ ਸਭ ਤੋਂ ਪਹਿਲਾਂ ਰਾਂਝਾ ਰਾਂਝਾ। ਹਾਂਜੀ ਬਿਲਕੁਲ ਜੀ, ਉਹ ਐਲਬਮ ਇੰਡੀਆ ਦੇ ਵਿੱਚ ਅਸੀਂ ਕੀਤੀ ਸੀ, ਉਹਦਾ ਮਿਊਜ਼ਿਕ ਸਚਿਨ ਅਹੁਜਾ ਨੇ ਕੀਤਾ ਸੀ ਤੇ ਇੱਥੇ ਕੈਨੇਡਾ 'ਚ ਉਹਨੂੰ ਮਿਊਜ਼ਿਕ ਵੇਵ ਨੇ ਰਿਲੀਜ਼ ਕੀਤਾ ਜੀ ਤੇ ਬੜਾ ਉਹਨਾਂ ਨੇ ਇੱਥੇ ਸਾਥ ਦਿੱਤਾ। ਉਹ ਐਲਬਮ ਦਾ ਸੌਂਗ ਸੀ ਮੇਰੇ ਯਾਰ ਮੈਨੂੰ ਰਾਂਝਾ ਰਾਂਝਾ ਆਖਦੇ। ਆਪ ਸੁਣ ਰਹੇ ਹੋ 93.1 ਰੈਡ ਐਫ ਐਮ ਅਤੇ ਮੈਂ ਤੁਹਾਡਾ ਹੋਸਟ ਸ਼ਿਵਰਾਜ ਸਿੰਘ ਕੁਮਾਰ। ਅੱਜ ਮੇਰੇ ਨਾਲ ਬਲਰਾਜ ਸੰਘੇੜਾ ਸਾਹਿਬ ਇੱਥੇ ਪਹੁੰਚੇ ਨੇ ਸਾਡੇ ਸਟੂਡੀਓ ਦੇ ਵਿੱਚ, ਹਿੰਦੁਸਤਾਨ ਸਪੈਸ਼ਲੀ ਆਏ ਨੇ ਔਰ ਲੋਕਾਂ ਦੇ ਬਹੁਤ ਫੋਨ ਕਾਲਸ ਵੀ ਆ ਰਹੀਆਂ ਨੇ, ਉਹਨਾਂ ਦੇ ਨੰਬਰ ਚਾਹੀਦਾ ਕਹਿੰਦੇ ਕਿ ਇੰਡੀਆ ਦਾ। ਮੈਂ ਇੱਕ ਵਾਰ ਫਿਰ ਨੰਬਰ ਜ਼ਰੂਰ ਅਨਾਊਂਸ ਕਰ ਦਿੰਦਾ, 9815645200 ਇਹਨਾਂ ਦਾ ਪੰਜਾਬ ਦਾ ਨੰਬਰ ਹੈ, 9815645200। ਅਗਰ ਕੋਈ ਕਿਸੇ ਤਰ੍ਹਾਂ ਦੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਜ਼ਰੂਰ ਉੱਥੇ ਕਰ ਸਕਦੇ ਜੀ। ਬਲਰਾਜ ਭਾਜੀ, ਫੀਲ ਗੀਤ, ਫੀਲ ਇਸ ਤੋਂ ਪਹਿਲਾਂ ਜਿਹੜਾ ਰਾਂਝਾ ਰਾਂਝਾ ਸੀਗਾ ਨੈਚੁਰਲੀ ਉਹ ਗੱਲ ਮਿੰਟੂ ਹੋਣਾ ਦਾ ਲਿਖਿਆ, ਮਿੰਟੂ ਹੀਰਾ ਵਾਲੇ ਦਾ ਲਿਖਿਆ ਸੀਗਾ ਜੀ। ਜਦੋਂ ਤੁਸੀਂ ਇਹ ਗੀਤ ਚੂਜ਼ ਕਰਦੇ ਹੋ ਜੀ, ਕੀ ਚੀਜ਼ ਮੇਨ ਦੇਖਦੇ ਹੋ ਉਹਨਾਂ ਦੇ ਵਿੱਚ? ਕਿਉਂਕਿ ਜਿਹੜਾ ਫੀਲ ਹੁਣ ਮੈਂ ਲਾਉਣ ਚੱਲਿਆ, ਮੇਰਾ ਖਿਆਲ ਹੈ ਕਿ ਦਿਸ ਇਜ਼ ਵਨ ਆਫ ਦਾ ਬੈਸਟ ਰੋਮਾਂਟਿਕ ਸੌਂਗਸ ਜੀ ਜਿਹੜਾ ਸ਼ਾਇਦ ਸਾਡੇ ਸਰੋਤੇ ਹੁਣੇ ਸੁਣਨਗੇ ਜੀ। ਵਟ ਡੂ ਯੂ ਰੀਅਲੀ ਲੁੱਕ ਇਨ ਟੂ ਇਟ, ਔਰ ਤੁਹਾਡੇ ਕੋਲ ਕਿਵੇਂ ਫਿਰ ਉਹ ਅਪਰੋਚ ਕਰਦੇ, ਤੁਹਾਨੂੰ ਅਪਰੋਚ ਕਰਦੇ ਜਾਂ ਤੁਸੀਂ ਅਪਰੋਚ ਕਰਦੇ? ਨਹੀਂ, ਮੇਰਾ ਸ਼ਿਵਰਾਜ ਭਾਜੀ, ਮੈਂ ਇੱਕ ਮੇਰਾ ਸ਼ੌਂਕ ਹੈ ਕਿ ਮੈਂ ਗਾਣੇ ਪੜ੍ਹਦਾ ਰਹਿੰਦਾ, ਲਿਟਰੇਚਰ ਵੀ ਪੜ੍ਹਦਾ ਰਹਿੰਦਾ। ਇਹ ਜਿਹੜਾ ਫੀਲ ਗਾਣਾ ਵੀ ਹੈ, ਮੁੰਡਾ ਬਿਲਕੁਲ ਨਵਾਂ ਜੀ, ਗਿੱਦੜ ਵਾਹੇ ਦੇ ਲਾਗੇ ਦਾ ਪਿੰਡ ਆ ਕੋਟ ਗੁਰੂ, ਇਹ ਮੁੰਡਾ ਵੈਸੇ ਮੈਨੂੰ ਫੋਨ ਕਰਦਾ ਸੀ, ਫਿਰ ਮੈਨੂੰ ਇਹਨੇ ਦੋ ਤਿੰਨ ਗਾਣੇ ਸੁਣਾਏ, ਮੈਂ ਇਹਨੂੰ ਸੱਦਿਆ ਜਲੰਧਰ ਇਹ ਗਾਣਾ, ਫਿਰ ਇਹਨੇ ਮੈਨੂੰ ਲਿਖ ਕੇ ਦਿੱਤਾ ਕਿ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਕਹਿੰਦੇ ਪਿਆਰ ਕਰਨਾ ਚਾਹੀਦਾ, ਇੱਕ ਆਮ ਕਹਾਵਤ ਹੈ, ਕਿਉਂਕਿ ਪਿਆਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਜਿਉਣ ਦਾ ਢੰਗ ਸਿਖਾਉਂਦਾ। ਜਿਸ ਇਨਸਾਨ ਨੇ ਕਦੀ ਪਿਆਰ ਨਹੀਂ ਕੀਤਾ ਮੈਨੂੰ ਲੱਗਦਾ ਉਹਦਾ ਜ਼ਿੰਦਗੀ ਦੇ ਵਿੱਚ ਇੱਥੇ ਆਉਣਾ ਮਹਿਣੇ ਨਹੀਂ ਰੱਖਦਾ, ਪਿਆਰ 'ਚ ਧੋਖੇ ਵੀ ਮਿਲਦੇ ਆ। ਉਸ ਵੇਲੇ ਮੈਂ ਇਹ ਫਿਰ ਉਹਦੇ ਓਪੋਜਿਟ ਆ ਜਾਂਦਾ ਵੀ ਕੋਈ ਗੱਲ ਨਹੀਂ ਯਾਰ, ਜੇ ਧੋਖਾ ਵੀ ਮਿਲ ਗਿਆ ਕੋਈ ਗੱਲ ਨਹੀਂ, ਜ਼ਿੰਦਗੀ ਦੇ ਵਿੱਚ ਫੀਲ ਨਹੀਂ ਕਰਨਾ ਚਾਹੀਦਾ, ਇੰਜੋਏ ਕਰੋ, ਆਲ ਇਜ਼ ਵੈਲ, ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜੀ। ਇਸ ਲਈ ਜਿੰਨਾ ਕੋਈ ਸਮਾਂ ਮਿਲਦਾ ਕੋਈ ਚੱਕਰ ਨਹੀਂ, ਜੇ ਤੁਹਾਨੂੰ ਕੋਈ ਪਿਆਰ ਦੇ ਵਿੱਚ ਗੁੱਸੇ ਨਾਰਾਜ਼ਗੀ ਹੋ ਵੀ ਗਈ ਆ, ਲਾਈਫ ਨੂੰ ਇੰਜੋਏ ਕਰੋ, ਕੀ ਪਤਾ ਅੱਜ ਹੈਗੇ ਕੱਲ ਨਹੀਂ ਹੈਗੇ, ਖੁਸ਼ ਰਹੋ। ਬੈਜਾ ਬੈਜਾ ਬਲਰਾਜ ਭਾਜੀ, ਫੀਲ ਨਹੀਂ ਕਰਦੇ ਵਾਜੀ। ਹਾਂਜੀ ਬਿਲਕੁਲ, ਬਹੁਤ ਅੱਛਾ, ਐਕਚੁਅਲੀ ਵੀਡੀਓ ਵੀ ਬੜੀ ਅੱਛੀ ਬਣਾਈ ਜੀ ਜੀ, ਕੰਗ੍ਰੈਚੁਲੇਸ਼ਨਸ। ਸੰਦੀਪ ਸ਼ਰਮਾ ਭਾਜੀ ਨੇ ਬਣਾਈ ਸੀ, ਬਹੁਤ ਵਧੀਆ, ਇਹਨੂੰ ਪੂਰਾ ਅਸੀਂ ਰੱਖਿਆ ਸੀ ਕਿ ਪਿੰਡੂ ਸਟਾਈਲ ਦਾ ਵੀਡੀਓ ਕੀਤਾ ਜੀ, ਇਟਸ ਰੀਲੀ ਨਾਈਸ, ਥੈਂਕ ਯੂ ਭਾਜੀ। ਕੇਐਸ ਮੱਖਣ ਸਾਹਿਬ ਜੀ, ਬਨਰਾਜ ਐਂਡ ਕੇਐਸ ਮੱਖਣ ਹੁਣਾਂ ਦਾ ਵੀ ਗੀਤ ਆਇਆ। ਹਾਂਜੀ ਬਿਲਕੁਲ ਜੀ, ਅਸੀਂ ਮੇਰੀ ਜਿਹੜੀ ਪਿਛਲੀ ਐਲਬਮ ਆਈ ਸੀ ਮਿਸਟਰ ਰਾਂਝਾ, ਉਹਦੇ ਵਿੱਚ ਸੀ ਕਿ ਮੈਂ ਮੇਰੇ ਨਾਲ ਮੱਖਣ ਭਾਜੀ ਨੇ ਗੀਤ ਕੀਤਾ, ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੁਤਬਾ, ਬੜਾ ਖੈਰ ਹੁਣ ਉਹਨਾਂ ਨੇ ਗਾਇਕੀ ਨੂੰ ਤਿਆਗਿਆ, ਗੁਰੂ ਵਾਲੇ ਹੋ ਗਏ, ਅੰਮ੍ਰਿਤ ਛਕ ਲਿਆ ਉਹਨਾਂ ਨੇ, ਤੇ ਉਹ ਮੇਰੇ ਲਈ ਉਹ ਲਾਸਟਲੀ ਸਾਡਾ ਗਾਣਾ ਸੀ ਇਕੱਠਿਆਂ ਦਾ, ਮਿੱਤਰਾ ਇਲਾਕਾ ਸ਼ੇਰਾਂ ਦਾ, ਵੀ ਉਹਦੇ ਵਿੱਚ ਕਿਹਾ ਸੀ ਵੀ
ਇਲਾਕਾ ਸ਼ੇਰਾਂ ਦਾ ਵਿੱਚ ਜਰਾ ਧਿਆਨ ਨਾਲ ਤੇ ਜੇ ਖਫੂ ਬਣੇ ਦੇ ਪਾ ਸਕਦੇ ਸੋ ਲੈਟਸ ਹੀਅਰ ਦਾ ਹਾਂਜੀ ਹਾਂਜੀ ਬਿਲਕੁਲ ਜੀ ਮਿੱਤਰਾ ਇਲਾਕਾ ਸ਼ੇਰਾਂ ਦਾ ਅੱਛਾ ਇਹ ਕਿੰਨੇ ਲਿਰਿਕਸ ਕਿੰਨੇ ਇਹ ਵੀ ਮੇਰਾ ਵੀਰ ਹੈ ਜੀ ਮਿੰਟੂ ਹੀਰਾ ਵਾਲਾ ਮਿੰਟੂ ਹੀਰਾ ਹਾਂ ਉਹਨਾਂ ਦਾ ਲਿਖਿਆ ਗਾਣਾ ਤੇ ਮੇਰਾ ਉਹਦੇ ਨਾਲ ਪਿਆਰ ਵੀ ਬਹੁਤ ਹੈ ਤੂੰ ਲਿਖਦਾ ਵੀ ਬਹੁਤ ਵਧੀਆ ਆਪ ਸਰ ਮੇਰੇ 93.1 ਰੈਡ ਐਫਐਮ ਤੇ ਮੈਂ ਤੁਹਾਡਾ ਹੋਸਟ ਸ਼ਿਵਰਾਜ ਸਿੰਘ ਤੁਮਨ ਮੇਰੇ ਨਾਲ ਇਸ ਵੇਲੇ ਨੇ ਬਲਰਾਜ ਸਿੰਘ ਹੀਰਾ ਜੀ ਜਿਹੜੇ ਸਿੰਗਰ ਹਨ ਵੈਰੀ ਯੰਗ ਮੈਨ ਐਕਚੁਲੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਤੁਸੀਂ ਬੜੇ ਹੈਂਡਸਮ ਹੋ ਬਲਰਾਜ ਭਾਜੀ ਇਹ ਦੱਸੋ ਕਿ ਵੀ ਫਿਲਮਾਂ 'ਚ ਨਹੀਂ ਆ ਰਹੇ ਸ਼ਿਵਰਾਜ ਭਾਜੀ ਮੈਨੂੰ ਲੱਗਦਾ ਕਿ ਮੈਂ ਤਾਂ ਜੇ ਹੁਣ ਇਸ ਵਾਰੀ ਗਾ ਹੀ ਲਵਾਂ ਇੰਨਾ ਫਿਲਮਾਂ 'ਚ ਮੇਰੇ ਭਰਾ ਹੋਰ ਬਹੁਤ ਆ ਰਹੇ ਆ ਮੈਂ ਕਦੀ ਸੋਚਿਆ ਨਹੀਂ ਬਈ ਕਿ ਤੁਸੀਂ ਟਾਲ ਵੀ ਹੋ ਐਂਡ ਯੂ ਆਰ ਵੈਰੀ ਡਾਰਕ ਟਾਲ ਐਂਡ ਹੈਂਡਸਮ ਸੋ ਮੇਰਾ ਖਿਆਲ ਹੈ ਕਿ ਵੀ ਤੁਹਾਡੇ 'ਚ ਸਾਰੇ ਉਹ ਗੁਣ ਨੇ ਜਿਹੜੇ ਤੁਸੀਂ ਇੱਕ ਅਦਾਕਾਰ ਬਣ ਸਕਦੇ ਹੋ ਫਿਲਹਾਲ ਭਾਜੀ ਮੈਂ ਕਦੀ ਨਹੀਂ ਸੋਚਿਆ ਜੇ ਮਾਲਕ ਨੇ ਚਾਹਿਆ ਤਾਂ ਪਤਾ ਨਹੀਂ ਕਹਿ ਨਹੀਂ ਸਕਦੇ ਕਿਉਂਕਿ ਮੈਂ ਤੁਹਾਡੀ ਹੁਣੇ ਵੀਡੀਓ ਦੇਖ ਰਿਹਾ ਸੀ ਜਿਹੜੀ ਆਪਣੇ ਨਵਾਜ਼ ਰਾਜਾ ਸਾਹਿਬ ਨੇ ਬਣਾਈ ਹੈ ਜੀ ਕੀ ਮਤਲਬ ਹਾਂਜੀ ਬੜੀ ਜ਼ਬਰਦਸਤ ਇਸ ਵੀਡੀਓ ਦੇ ਵਿੱਚ ਤੁਸੀਂ ਵੱਟ ਕੱਢੇ ਪਏ ਹਾਂਜੀ ਬਿਲਕੁਲ ਨਵਰਾਜ ਰਾਜਾ ਬੜਾ ਵਧੀਆ ਵੀਡੀਓ ਡਾਇਰੈਕਟਰ ਹੈ ਪੰਜਾਬ ਹੁਣ ਇੱਥੇ ਕੈਨੇਡਾ 'ਚ ਹੀ ਰਹਿੰਦੇ ਵੈਸੇ ਪੰਜਾਬ 'ਚ ਆਇਆ ਸੀ ਉਹਨਾਂ ਨੇ ਵੀਡੀਓ ਮੇਰਾ ਸ਼ੂਟ ਕੀਤਾ ਸੀ ਜੀ ਜੀ ਇਹ ਨਵਰਾਜ ਮੈਂ ਦੱਸਣਾ ਚਾਹੁੰਦਾ ਭਾਜੀ ਜਿੱਥੇ ਇਹ ਬਹੁਤ ਵਧੀਆ ਵੀਡੀਓ ਡਾਇਰੈਕਟਰ ਨੇ ਮੇਰੇ ਵੈਸੇ ਵੀ ਗੁਆਂਢੀ ਨੇ ਅੱਛਾ ਜੀ ਮੇਰੇ ਨਾਲ ਦਾ ਪਿੰਡ ਆ ਜੀ ਮੋਬਾਈ ਉੱਥੇ ਦੇ ਰਹਿਣ ਵਾਲੇ ਇਹਨਾਂ ਦੇ ਫਾਦਰ ਸਾਹਿਬ ਬੜੇ ਬਹੁਤ ਵੱਡੇ ਪੱਤਰਕਾਰ ਨੇ ਜੀ 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 ਮੈਂ ਉਹਨਾਂ ਦਾ ਬੜਾ ਦੀਵਾਨ ਹਾਂ ਸਾਡਾ ਕੰਮ ਚਲੋ ਵੱਖਰੀ ਗੱਲ ਬਿਜ਼ਨਸ ਹੈ ਪਰ ਐਜ਼ ਏ ਅਸੀਂ ਫਰੈਂਡਲੀ ਬਹੁਤ ਦੇਰ ਦੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਮੇਰਾ ਵੀਡੀਓ ਇਹ ਨਵਰਾਜ ਨੇ ਕੀਤਾ ਤੁਸੀਂ ਵੀ ਜ਼ਰੂਰ ਇਸ ਵੀਡੀਓ ਨੂੰ ਦੇਖਿਓ ਕੀਮਤ ਹੈ ਇਸ ਦਾ ਨਾਮ ਬਿਲਕੁਲ ਜੀ ਹਾਂਜੀ ਇਹ ਸੌਂਗ ਜਿਹੜਾ ਇਹ ਮੇਰਾ ਇਸੇ ਐਲਬਮ ਦਾ ਫੀਲ ਐਲਬਮ ਦਾ ਜੀ ਇਹਨੂੰ ਲਿਖਿਆ ਸੀਗਾ ਜੀ ਮੁੰਡਾ ਹਰਨੇਕ ਹੈ ਬੜਾ ਵਧੀਆ ਲਿਖਦਾ ਮੈਂ ਉਹ ਗਾਣੇ ਦੀਆਂ ਚੰਦ ਲਾਈਨਾਂ ਮੈਂ ਜ਼ਰੂਰ ਜ਼ਰੂਰ ਬਿਲਕੁਲ ਹਾਂਜੀ ਵੀ ਕਰਾਂਗਾ ਤਾਂ ਮੈਂ ਚਾਹੂੰਗਾ ਕਿ ਤੁਸੀਂ ਇੱਥੇ ਗਾਣਾ ਪੂਰਾ ਪਲੇ ਕਰਿਓ ਬਿਲਕੁਲ ਫਿੱਟ ਕਰਾਂਗਾ ਅਸੀਂ ਖੁਦ ਵਿਕ ਜਾਂਦੇ ਤੇਰੇ ਲਈ ਖੁਦ ਵਿਕ ਜਾਂਦੇ ਤੇਰੇ ਲਈ ਤੇ ਸਭ ਕੁਝ ਦਾ ਤੇਲਾ ਦਿੰਦੇ ਜੇ ਵਿਕਣਾ ਹੀ ਸੀ ਤਾਂ ਦੱਸ ਦਿੰਦੀ ਨੀ ਤੇਰੀ ਵੱਧ ਕੇ ਕੀਮਤ ਲਾ ਦਿੰਦੇ ਅਸੀਂ ਖੁਦ ਵਿਕ ਜਾਂਦੇ ਤੇਰੇ ਲਈ ਬਲਰਾਜ ਦੇ ਨਾਮ ਨਾਲ ਹੀ ਜਾਣਦੇ ਨੇ ਸਾਰੀ ਦੁਨੀਆਂ ਔਰ ਬਹੁਤ ਹੀ ਡਾਊਨ ਟੂ ਅਰਥ ਮੈਨ ਬੜੀ ਅੱਛੀ ਆਵਾਜ਼ ਇਹਨਾਂ ਦੀ ਸੋ ਬਈ ਜਨਮਨ ਅਗਰ ਤੁਸੀਂ ਵੀ ਇਹਨਾਂ ਨੂੰ ਕੰਟੈਕਟ ਕਰਨਾ ਚਾਹੋ ਹਿੰਦੁਸਤਾਨ ਦੇ ਵਿੱਚ ਤਾਂ ਇਹਨਾਂ ਦਾ ਨੰਬਰ ਨੋਟ ਕਰ ਲਓ 9815645200 ਜਨਾਬ ਇੱਕ ਮੈਂ ਤੁਹਾਡੀ ਹੋਰ ਵੀਡੀਓ ਦੇਖ ਰਿਹਾ ਆਡੀ ਹਾਂਜੀ ਬਿਲਕੁਲ ਜੀ ਸ਼ਿਵਰਾਜ ਭਾਜੀ ਨਵਾਂ ਇਹ PTC ਪ੍ਰੋਡਕਸ਼ਨ ਦਾ ਨਵਾਂ ਗਾਣਾ ਸੀ ਹਾਂ ਉਹਨਾਂ ਨੇ ਸਟਾਰਮੈਂਟ 'ਚ ਕੀਤਾ ਸੀ ਇਹਦਾ ਹੁਣ ਅਸੀਂ ਵੀਡੀਓ ਜਲਦੀ ਜਿਹੜਾ ਇਹ ਸਰੋਤਿਆਂ ਦੀ ਝੋਲੀ ਪਾਵਾਂਗੇ ਪਹਿਲੇ ਅੱਜ ਕੱਲ੍ਹ ਨਵੀਂ ਜਨਰੇਸ਼ਨ ਦੀ ਗੱਲ ਹੈ ਵੀ ਆਡੀਆਂ ਦੀ ਰਾਣੀ ਮਰੀ ਫਿਰੇ ਫੋੜ ਤੇ ਰੱਬ ਵੀ ਹੈਰਾਨ ਸਾਡੇ ਇਸ ਜੋੜ ਤੇ ਜਨਾਬ ਇੰਜ ਕਰੋ ਤੁਸੀਂ ਪਹਿਲਾਂ ਇੱਕ ਗੀਤ ਸੁਣਾਓ ਸਾਨੂੰ ਹਾਂਜੀ ਮੈਂ ਬਿਲਕੁਲ ਜੀ ਫਿਰ ਮੈਂ ਇਹਨੂੰ ਫਿੱਟ ਕਰੋ ਉਹ ਆਡੀਆਂ ਦੀ ਰਾਣੀ ਮਰੀ ਫਿਰੇ ਫੋੜ ਤੇ ਰੱਬ ਵੀ ਹੈਰਾਨ ਸਾਡੇ ਇਸ ਜੋੜ ਤੇ ਉਹ ਕੁੜੀ ਸੀ ਸੀੜੀ ਦੀ ਕਾਫੀ ਵਰਗੀ ਚਾਹ ਵੇਲੀ ਦੀਦੀ ਵਿੱਚ ਰਹਿ ਗਈ ਮਹਿੰਗੇ ਗੱਦਿਆਂ ਤੇ ਜੰਮੀ ਪੜੀ ਉਹ ਇੱਕ ਜੱਟ ਦੀ ਤੇ ਸੋਹਣਾ ਗਿੱਜ ਗਈ ਅੱਛਾ ਇਹ CCD ਕੀ ਹੋਇਆ ਜੀ ਬਲਰਾਜ ਜੀ ਬੜੇ ਨੌਜਵਾਨ ਮੁੰਡੇ ਖੁੰਡੇ ਕਹਿ ਲਓ ਕਿ ਬਿਲਕੁਲ ਵਧੀਆ ਆਵਾਜ਼ ਦੇ ਮਾਲਕ
ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਬੈਸਟ ਆਫ ਲੱਕ ਕਹਿੰਦੇ ਹਾਂ ਅਤੇ ਭਾਈ ਫਿਲਮਾਂ ਦੇ ਵਿੱਚ ਜ਼ਰੂਰ ਆਓ ਇਹ ਵੀ ਨਾਲ ਉਮੀਦ ਕਰਦੇ ਹਾਂ ਜੀ। ਹੁਣੇ ਸਾਡੇ ਇੱਕ ਸਰੋਤੇ ਧਾਲੀਵਾਲ ਸਾਹਿਬ ਦਾ ਫੋਨ ਆਇਆ ਜੀ, ਉਹ ਬੜੇ ਰੈਗੂਲਰ ਸਾਡੇ ਲਿਸਨਰ ਨੇ ਜੀ ਜੀ, ਅਤੇ ਹੀ ਲਵਸ ਰੈਡ ਐਫ ਐਮ ਐਕਚੁਅਲੀ ਜੀ। ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਕਿ ਵੀ ਇਹਦੇ ਕੋਈ ਸੈਡ ਸੌਂਗ ਸੁਣੋ ਮਹਾਰਾਜ, ਕੋਈ ਵੀ ਤੁਹਾਡੇ ਮਨ ਦੇ ਵਿੱਚ। ਬਿਲਕੁਲ ਜੀ, ਮੈਂ ਸੁਣਾਉਂਦਾ ਉਹਨਾਂ ਨੂੰ, ਧਾਲੀਵਾਲ ਸਾਹਿਬ ਨੂੰ ਪਤਾ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸੈਡ ਗਾਣੇ ਦੀ ਫਰਮਾਇਸ਼ ਕੀਤੀ ਹੈ। ਮੈਂ ਗੁਰੂ ਜੀ ਜਨਾਬ ਚਰਨਜੀਤ ਅਹੂਜਾ ਸਾਹਿਬ ਦਾ ਬਣਾਇਆ ਹੋਇਆ ਗਾਣਾ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂ। ਤੇਰੇ ਵਾਂਗੂ ਦੇਣੀਆਂ ਸਫਾਈਆਂ ਨਹੀਂ ਆਉਂਦੀਆਂ, ਮਾਫ ਕਰੀ ਸਾਨੂੰ ਚਤੁਰਾਈਆਂ ਨਹੀਂ ਆਉਂਦੀਆਂ, ਕਰੀਦਾ ਏ ਕਿੱਥੇ ਕਿੱਦਾਂ ਛਲ ਅਜੇ ਕੱਚੇ ਹਾਂ, ਕਰੀਦਾ ਏ ਕਿੱਥੇ ਕਿੱਦਾਂ ਛਲ ਅਜੇ ਕੱਚੇ ਹਾਂ, ਤੇਰੇ ਕੋਲੋਂ ਸਿੱਖ ਲਾਂਗੇ ਤੇਰੇ ਕੋਲੋਂ ਸਿੱਖ ਲਾਂਗੇ, ਵਾਲੇ ਅਜੇ ਕੱਚੇ ਹਾਂ, ਹਾਏ ਨੀ ਸ਼ਿਕਾਰ ਨੇ। ਉਹ ਬੈਜਾ ਬੈਜਾ ਧਾਲੀਵਾਲ ਸਾਹਿਬ ਖੁਸ਼ ਹੋ ਗਏ, ਤੁਹਾਡਾ ਇੱਕ ਗੀਤ ਹੋਰ ਮਰਜ਼ੀ ਨਹੀਂ ਉਹ ਚੱਲ। ਹਾਂ ਬਿਲਕੁਲ ਜੀ, ਮੈਂ ਸ਼ਿਵਰਾਜ ਭਾਅ ਜੀ ਇਹ ਗਾਣਾ ਜਦੋਂ ਅਸੀਂ ਕੀਤਾ ਸੀ ਉਦੋਂ ਮੈਨੂੰ ਵੀ ਇਹ ਹੁੰਦਾ ਸੀ ਕਿ ਯਾਰ ਇਹੋ ਜਿਹੇ ਗਾਣੇ ਨਾ ਕਰੀਏ, ਕਮਰਸ਼ੀਅਲ ਕਰੀਏ, ਪਰ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਅੱਜ ਤੱਕ ਜਿੰਨੇ ਵੀ ਸ਼ੋਅ ਲਾਏ ਆ ਇਹ ਗੀਤ ਮੇਰੇ ਲਈ ਲੋਕ ਗੀਤ ਬਣ ਗਿਆ। ਮੈਂ ਜਿੱਥੇ ਵੀ ਗਿਆ, ਈਵਨ ਕਿ ਮੈਂ ਜੇ ਕਿਸੇ ਵੈਸੇ ਪ੍ਰੋਗਰਾਮ 'ਤੇ ਧਾਰਮਿਕ 'ਤੇ ਵੈਸੇ ਵੀ ਗਿਆ, ਉੱਥੇ ਵੀ ਇਹ ਗਾਣਾ ਸੁਣ ਲੈਂਦੇ ਨੇ ਕਿ ਮਰਜ਼ੀ ਨਹੀਂ ਉਹ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਦੀ। ਅਕਸਰ ਸਾਡਾ ਪੰਜਾਬੀ ਸੱਭਿਆਚਾਰ, ਕਿਉਂਕਿ ਅਸੀਂ ਪੰਜਾਬੀ ਹਾਂ, ਪੰਜਾਬੀ ਬੋਲੀ ਦੇ ਨਾਲ ਸਾਡਾ ਲੋਹੀਆਂ ਤੋਂ ਲੈ ਕੇ ਵੈਣਾ ਤੱਕ ਦਾ ਰਿਸ਼ਤਾ ਹੈ, ਅਤੇ ਅਸੀਂ ਬੜੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਹਾਂ, ਕਿਉਂਕਿ ਮੈਂ ਇੱਥੇ ਜੇ ਮੈਂ ਆਇਆ ਵੀ ਹਾਂ ਇਹ ਪੰਜਾਬੀ ਸੱਭਿਆਚਾਰ ਦੀ ਖਾਤਰ ਆਇਆ, ਕਿਉਂਕਿ ਮੈਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵਾਲਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗਦਰੀ ਬਾਬਿਆਂ ਦੀ ਯਾਦ 'ਚ ਮੇਲਾ ਕਰਵਾਇਆ, ਇਸ ਮੇਲੇ 'ਤੇ ਹਾਜ਼ਰੀ ਲਵਾਉਣ ਲਈ ਮੈਂ ਪਹੁੰਚਿਆ ਸੀ। ਅਤੇ ਇਹ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਗੀਤ ਹੈ ਕਿ ਮਰਜ਼ੀ ਨਹੀਂ ਹੋ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਦੀ, ਕਿਉਂਕਿ ਪਿੰਡਾਂ ਦੀਆਂ ਕੁੜੀਆਂ ਦੇ ਜਜ਼ਬਾਤ ਨੇ ਜਿਹੜੇ, ਕਿਉਂਕਿ ਸਾਡੇ ਫੈਸ਼ਨ ਹੈ ਕਿ ਕੁੜੀਆਂ ਜਿਹੜੀਆਂ ਆਪਣੀ ਮਨ ਮਰਜ਼ੀ ਨਹੀਂ ਕਰ ਸਕਦੀਆਂ, ਮੁੰਡੇ ਜਿੱਥੇ ਮਰਜ਼ੀ ਜਾਣ ਜੋ ਦਿਲ ਕਰਦਾ। ਹਾਲਾਂਕਿ ਪੱਛਮੀ ਸੱਭਿਆਚਾਰ ਸਾਡੇ 'ਤੇ ਬਹੁਤ ਜ਼ਿਆਦਾ ਭਾਰੂ ਹੋ ਚੁੱਕਿਆ, ਪਰ ਫਿਰ ਵੀ ਹਾਲੇ ਤੁਸੀਂ ਪੰਜਾਬ ਦੇ ਕਈ ਐਸੇ ਪਿੰਡ ਨੇ ਜਿੱਥੇ ਅੱਜ ਵੀ ਉਹ ਜਿਹੜੇ ਰੀਤੀ ਰਿਵਾਜ਼ ਨੇ ਸਾਡੇ ਜਿਹੜੇ ਸਾਡੇ 'ਚੋਂ ਅਲੋਪ ਹੁੰਦੇ ਜਾ ਰਹੇ ਨੇ, ਅੱਜ ਵੀ ਉੱਥੇ ਤਰੋ ਤਾਜ਼ਾ ਨੇ, ਉਹਨਾਂ ਦੀ ਤਰਜਮਾਨੀ ਕਰਦਾ ਗੀਤ ਸੀ। ਉਮੀਦ ਹੈ ਕਿ ਹੁਣ ਵੀ ਲੋਕ ਇਹਨੂੰ ਜ਼ਰੂਰ ਪਸੰਦ ਕਰਦੇ ਜੀ, ਜ਼ਰੂਰ ਇਸਨੂੰ ਪਸੰਦੇ ਹਾਂ। ਬਟ ਥੈਂਕ ਯੂ ਸੋ ਮਚ ਫੋਰ ਕਮਿੰਗ ਇਨ, ਪ੍ਰੋਗਰਾਮ ਦਾ ਸਮਾਂ ਤੇ ਜ਼ਰੂਰ ਖਤਮ ਹੋ ਗਿਆ, ਪਰ ਇਟ ਵਾਸ ਪਲੇਜ਼ਰ, ਮਾਈ ਪਲੇਜ਼ਰ ਟੂ ਹੈਵ ਯੂ ਹੇਅਰ ਇਨ। ਥੈਂਕ ਯੂ ਜੀ, ਥੈਂਕ ਯੂ। ਮੈਂ ਭਾਜੀ ਸ਼ੁਕਰਗੁਜ਼ਾਰ ਹਾਂ ਤੁਹਾਡਾ, ਰੈਡ ਐਫ ਐਮ ਵਾਲਿਆਂ ਦਾ, ਸ਼ਿਵਰਾਜ ਭਾਜੀ ਤੁਹਾਡਾ, ਪੂਰੀ ਟੀਮ ਦਾ, ਕਿ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਮੈਨੂੰ ਇੱਥੇ ਨਵਾਜਿਆ। ਮੈਂ ਤਹਿ ਦਿਲ ਤੋਂ ਮਸ਼ਕੂਰ ਹਾਂ ਜੀ, ਪਰਮਾਤਮਾ ਤੁਹਾਨੂੰ ਵੀ ਇਸ ਰੇਡੀਓ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਹੋ ਹੀ ਮੇਰੀ ਦੁਆ। ਸੇਮ ਟੂ ਯੂ ਸਰ।